ਤੁਸੀਂ ਪਹਿਲੀ ਤਰੀਕ ਚੜ੍ਹਦੀ ਸੀ ਫੋਨ ਮਾਰਦੇ ਸਾਡੀ ਚੀਜ਼ ਆ ਗਈ ਪਹਿਲੀ ਤਰੀਕ ਤੇ ਮਾਰ ਪਾਣੀ ਆਪਣੀ ਤਨਖਾਹ ਜਦੋਂ ਤੁਹਾਡੀ ਪਾਈ ਤੁਹਾਡੀ ਤਨਖਾਹ ਨਹੀਂ 5 ਤਰੀਕ ਤੋਂ ਪਹਿਲਾਂ ਪੈਂਦੀ ਹੋਣੀ ਸਰਕਾਰੀ ਉਦੋਂ ਆਪਾਂ ਫੋਨ ਕਰਦੇ ਨਹੀਂ ਤਨਖਾਹ ਦੇ ਦਿੱਤੀ ਆ ਕਰਦੇ ਹੋ ਸਾਨੂੰ ਦੀ ਭਾਰ ਪਾ ਦਿੰਦੇ ਕਿ ਤਰੀਕ ਆ ਗਈ ਜੀ ਮੇਰੀ ਆਹ ਗੱਲ ਹੋਈ ਤੁਸੀਂ ਮੈਨੂੰ ਕਿਹਾ ਕਿ ਮੈਂ ਕਿਹਾ ਭਾਈ ਜਾ ਮੇਰੀ ਗੱਲ ਕਰਾ ਦੋ ਮੈਂ ਕਿਹਾ ਭਾਈ ਮੁੰਡੇ ਕਿ 4 ਬੋਤਲਾਂ ਦੇ ਦੋ ਠੀਕ ਆ ਤੁਹਾਨੂੰ ਕਿਹਾ 6 ਜਾਂਦੀਆਂ ਫਿਰ ਮੈਂ ਤੁਹਾਨੂੰ ਇਹ ਗੱਲ ਫਿਰ ਮੈਂ ਤਾਂ ਭਾਜੀ ਆਪਾਂ ਕੋਈ ਕਾਨੂੰਨ ਵਾਲਾ ਕੰਮ ਕਰੋ 11:30 ਵਾਲਾ ਟਾਈਮ ਨਾ 12 ਪਰਚਾ ਤੋਂ ਛੱਡ ਦੇ ਭਾਈ ਕਹਿੰਦੇ ਤੁਹਾਨੂੰ ਛੱਡ ਦੇ ਦੋ ਪਰਚਾ ਕੋਈ ਨਾ ਨੀ ਕਿ ਆਪਾਂ ਵੰਗਾਰ ਵੀ ਝੱਲੀ ਭਾਈ ਠੇਕੇ ਵੀ ਬੰਦ ਕਰਨੇ ਸਾਨੂੰ ਫਾਇਦਾ ਕਿ ਭਾਈ ਉਹ ਤੋਂ ਭਾਈ ਸਾਨੂੰ ਦਬਕੇ ਮਾਰ ਮੈਂ ਚੀਜ਼ਾਂ ਲੈਣੀਆਂ ਤੁਸੀਂ ਮੈਨੂੰ ਇਹ ਭਾਜੀ ਮੈਨੂੰ ਇੱਕ ਚੀਜ਼ ਆਹ ਚੀਜ਼ ਦਿਓ ਤੁਸੀਂ ਲੈਂਦੇ ਜੇ ਅਸੀਂ ਤੁਸੀਂ ਸਾਨੂੰ ਕੋਈ ਪੈਸੇ ਦਿੰਦੇ ਕਿਸੇ ਚੀਜ਼ 'ਤੇ ਤੁਸੀਂ ਪਹਿਲੀ ਤਰੀਕ ਚੜ੍ਹਦੀ ਸੀ ਫੋਨ ਮਾਰਦੇ ਸਾਡੀ ਚੀਜ਼ ਆ ਭਾਜੀ ਆਪਣੀ ਤਨਖਾਹ ਜਦੋਂ ਤੁਹਾਡੀ ਪਾਈ ਤੁਹਾਡੀ ਤਨਖਾਹ ਨਹੀਂ 5 ਤਰੀਕ ਤੋਂ ਪਹਿਲਾਂ ਪੈਂਦੀ ਹੋਣੀ ਸਰਕਾਰੀ ਉਦੋਂ ਆਪਾਂ ਫੋਨ ਕਰਦੇ ਨਹੀਂ ਤਨਖਾਹ ਦੇ ਦਿੱਤੀ ਆ ਕਰਦੇ ਹੋ ਸਾਨੂੰ ਦੀ ਭਾਰ ਪਾ ਦਿੰਦੇ ਕਿ ਤਰੀਕ ਆ ਗਈ ਜੀ ਲੈਣੀ ਵੀ ਤੁਸੀਂ ਭਾਈ ਧੋਂਦੇ ਗੋਡਿਆਂ ਰੱਖ ਕੇ ਨਾ ਕੋਈ ਪੈਸੇ ਦੇਣੇ ਨਾ ਕੁਛ ਕਰਨਾ ਤੁਸੀਂ ਭਾਈ ਮੇਰੇ ਠੇਕੇ ਤੇ ਪਰਚਾ ਦੇ ਦੋ ਰੇਟ ਖੁੱਲੂਗਾ ਕੋਈ ਟੈਨਸ਼ਨ ਨਹੀਂ ਗੀ ਭਾਜੀ ਕੋਈ ਗੱਲ ਨੀ ਭਾਈ ਮੈਂ ਵੰਗਾਰ ਨਹੀਂ ਦੇਣੀ ਭਾਜੀ ਪਰਚਾ ਦੇਣਾ ਪਰਚਾ ਦੇ ਦੋ ਜੋ ਕਿੰਨਾ ਬੰਦੇ ਇਹਨਾਂ ਦੇਣੇ ਮੇਰੇ ਬੰਦੇ ਦੋ ਮੈਂ ਵੰਗਾਰ ਨਹੀਂ ਦੇਣੀ ਭਾਈ ਹਰ ਚੀਜ਼ ਭਾਅ ਜੀ ਇੱਕ ਹੁੰਦੀ ਹੈ ਤਰੀਕੇ ਨਾਲ ਦੀ ਹੈ ਤੁਹਾਨੂੰ ਕਹਿ ਦਈਏ ਨਾਲ ਹੀ ਤੁਸੀਂ ਇੰਝ ਕਹਿੰਦੇ ਜੇ ਪਤਾ ਹੀ ਅਸੀਂ ਲੱਗਦਾ ਡੀ ਜੀ ਪੀ ਆਪ ਲੱਗ ਗਏ ਹਾਂ ਨਾਲ ਹੀ ਜੇ ਕਹਿੰਦੇ ਤੁਹਾਡਾ ਠੇਕਾ 11:30 ਖੋਲ ਗਿਆ ਭਾਈ ਮੈਨੂੰ 12 ਵਜੇ ਤੱਕ ਮੈਨੂੰ ਮੈਂ ਕਹਿੰਦਾ 12 ਵਜੇ ਤਾਂ ਤੁਸੀਂ ਨਹੀਂ ਆਉਂਦੀ ਤੁਹਾਡੇ ਨਾਲ ਬੰਦਾ ਚੱਲ ਜਾਂਦਾ ਵਾ ਭਾਜੀ ਸਾਡਾ ਨਾ ਕੋਈ ਚੌਂਕੀ ਚਾਰਜ ਨੇ ਨਾ ਤੁਹਾਨੂੰ ਕਦੇ ਕਹਿਆ ਭਾਜੀ ਮੈਂ ਕਹਿੰਦਾ ਮੇਰੇ ਠੇਕੇ ਤੇ ਕੋਈ ਆਇਆ ਹੋਇਆ ਸਹੀ 12 ਵਜੇ ਤੋਂ ਪਹਿਲਾਂ ਮੈਂ ਜਲੂਸ ਨਾ ਕੱਢ ਦੂੰਗਾ ਫਿਰ ਕਿਉਂ ਯਾਰ ਕੋਈ ਤੁਹਾਨੂੰ ਮੈਂ ਕਹਿੰਦਾ ਆ ਬਈ ਚੜ੍ਹੇ ਮੇਰੇ ਠੇਕੇ ਤੇ ਕੋਈ ਹੁਣ ਯਾਰ ਕੋਈ ਮੈਂ ਕਹਿੰਦਾ ਚੜ੍ਹ ਕੇ ਹਾਂ ਇੱਕ ਵਾਰੀ ਫਿਰ ਮੇਰੇ ਠੇਕੇ ਤੇ ਕੋਈ 12 ਵਜੇ ਤੋਂ ਪਹਿਲਾਂ ਚੜ੍ਹੇ ਮੈਂ ਨਾ ਜੂ ਕਰ ਮੈਨੂੰ ਮੈਂ ਪਿਓ ਦਾ ਪੁੱਤ ਨਾ ਕਿਹਾ ਮੈਂ ਠੇਕੇ ਚੜ੍ਹ ਕੇ ਹਾਏ ਹੋਏ ਗੱਲ ਸੁਣੋ ਕਹਿਣ ਦਾ ਜੇ ਕੋਈ ਬਿਨਾਂ ਵਜੇ ਤੋਂ ਨਹੀਂ ਬਿਨਾਂ ਵਜੇ ਕੀ ਗੱਲ ਭਾਜੀ ਕਿਤੇ ਚੀਜ਼ ਲੈਣੀ ਤੁਸੀਂ ਵੰਗਾਰ